जय हिंद सर। जय हिंद। की हाल चाल सर? मैं ओके रिपोर्ट है, तुम सुनाओ। ओके रिपोर्ट मतलब ब्लड रिपोर्ट आ गई है तेरी? हां नहीं सर, गाना नहीं सुना तुसी? तेरी जेडी ब्लड रिपोर्ट आनी है आ गई है? हां जी सर, ब्लड मैं सुनया लांता निकली है ओदे च? नहीं सर। हां सर खून निकला। बेटा ब्लड रिपोर्ट चो खून ही निकलना, और कोई ओथों शिकंज भी निकलनी शुरू हो जानी है। ते सर ओ खून नहीं दित्ता जे उन्होंने, कुछ नहीं दित्ता जे उन्होंने। तेनु दस्या नहीं कि खून च की तेनु खून दी कमी है, कि तेन दिमाग की कमी है, या तेन चपेड़ा की कमी है? कुछ दसिया नहीं उन्होंने तेन? सर खून चपेड़ा की कमी कि दस दूंगी। बेटा पता लग जाता है कि देखो यदा खून है ये हौली हौली गंदा हो रहा। अच्छा जी। कई लोग होंगे गंदा खून। कीटाणु पता लग जाते, पता कीटाणु अंदरों कह रहे होंगे भाई चपेड़ा मारो भाई, उतो पता लगता है चपेड़ा की कमी। मैं जरा कॉलेज टाइम से ना ਕੈਮਿਸਟਰੀ ਦੀ ਲੈਬ 'ਚ ਜਾਂਦਾ ਹੁੰਦਾ ਸੀ ਮੈਂ। ਹਾਂਜੀ ਹਾਂਜੀ। ਉਸ ਲੈਬ 'ਚੋਂ ਨਿਕਲ ਕੇ ਜਦੋਂ ਮੈਂ ਪੰਜਾਬੀ ਵਾਲੀ ਕਲਾਸ 'ਚ ਜਾਂਦੇ ਨਾ, ਹਾਂਜੀ ਉੱਥੇ ਪੜ੍ਹਾਉਂਦੇ ਹੁੰਦੇ ਸੀ ਇੱਦਾਂ ਦਾ, ਤੇ ਉੱਥੇ ਮੈਂ ਸਿੱਖਿਆ ਹੈ। ਤੁਸੀਂ ਉਹਨਾਂ ਨਾਲ ਗੱਲਾਂ ਕਰ ਦਿੰਦੇ ਸੀ? ਕਿਹਨਾਂ ਨਾਲ? ਕੀਟਾਣੂਆਂ ਨਾਲ। ਉਹ ਬੇਟਾ ਮੈਂ ਜਿਹੜੇ ਮੁੰਡੇ ਉਹ ਕੋਰਸ ਕਰ ਰਹੇ ਸੀ ਮੈਂ ਉਹਨਾਂ ਤੋਂ ਦੇਖਦਾ ਹੁੰਦਾ ਸੀ ਕਿਦਾਂ, ਕਿਉਂਕਿ ਮੇਰੇ ਸਬਜੈਕਟ ਆਰਟਸ ਰੱਖੀ ਸੀ ਨਾ ਮੈਂ। ਹਾਂ ਆਰਟਸ ਕਰਕੇ ਮੈਂ ਥੋੜ੍ਹਾ ਜਿਹਾ ਉਹਦੇ ਪਰ ਚੱਲ ਜਾਂਦਾ ਹੁੰਦਾ ਕਲਾਸ ਵਿੱਚ, ਮੈਨੂੰ ਇੰਨਾ ਪ੍ਰਿੰਸੀਪਲ ਸਰ ਵੀ ਜਾਣਦੇ ਹੁੰਦੇ। ਜਨਾਬ। हाँ बेटा। जय हिंद जनाब। जय हिंद। की हाल चाल है? और जनाब मैं कह सी जे खून गंदा ते आपा जोका लवा दने आ। वाह 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 वाह। पहली गल तू कही है कि मैं क्या सी ते तेनु ए गल कहन नु किन्ने क्या सी? जी मैं सोचा जी अपने दिमाग ना। ओ अपने दिमाग नाल। जी जी जी। अच्छा आज इन्नी देर बाद उनु खोलिया ते ओ ते कपड़ा कुपड़ा मारे बगैर ही यूज कर लिया उनु, थोड़ा जिहा उनु धो ते लैंदा कि की गल कर लगा मैं? जनाब रोटी खांदे खांदे चेता आ गया, मैं कहा चलो। पता नहीं भाई तू घरों आना यार रोटी खाने, रोटी खान दी तनखा लेना तू कल्ला ऐसा मुलाजम है इत्थे। तू चेते आवे जद थाने च खावा रोटी। आहा तू चेते आवे जद थाने विच खावा रोटी। जनाब ए जिद्दां दी मैडम ने गल कीती है ते भरा दी भाजे वोटी चौथे महल बोली पानी पैनी सी मैनूं पाओ फिर। हां जी सर बारी बरसी कटन गई सी, बारी बरसी कटन गई सी। जदों मैं खट्टन गई उदों मैं सोचा होर भी बंदे खट्टन गए होने आ ਚੇਲਾ ਵਿੱਚ ਫੋਨ ਆਉਣਗੇ ਨਾਣਾ ਪਰਖੀ ਪਹੁੰਚ ਜੱਟ ਦੀ ਬਲੂੰਗੜਾ ਜਾਂ ਨਾ ਹੋਈ ਤਾਂ ਕੀ ਉਹਨੇ ਕਿਹਾ ਹੋਣੇ ਆ ਤੇ ਤੂੰ ਕਿਹਾ ਕਿ ਜੇਲਾ ਵਿੱਚ ਫੋਨ ਆਉਣੇ ਆ ਨਾਣਾ ਪਰਖੀ ਦਾ ਪਹੁੰਚ ਜੱਟ ਦੀ ਜੀ ਤੇ ਪਹੁੰਚ ਪਰਖਣ ਦੀ ਲੋੜ ਹੈ ਤੂੰ ਆਪਣੀ ਪਹੁੰਚ ਦੇਖੀਏ ਪਹਿਲੇ ਬਹੁਤ ਪਹੁੰਚ ਪੁੱਤਰ ਜਿੱਥੋਂ ਦੀ ਪਹੁੰਚ ਸ਼ੁਰੂ ਜਿੱਥੋਂ ਪਹੁੰਚਾ ਸ਼ੁਰੂ ਹੁੰਦਾ ਨਾ ਉੱਥੇ ਤੂੰ ਖਤਮ ਹੋ ਜਾਣਾ ਤੇ ਕਿਹੜਾ ਤੇਰੀ ਕਿਹੜੀ ਪਹੁੰਚ ਆ ਮੈਨੂੰ ਦੱਸ ਪਹੁੰਚਾ ਤੇ ਬੜੀ ਥੱਲੋਂ ਸ਼ੁਰੂ ਹੁੰਦਾ ਹੈ ਅੱਛਾ ਸੱਚੀ ਤੇਰੀ ਪਹੁੰਚ ਹੈ ਜੀ ਚੱਲ ਪਹੁੰਚ ਫਿਰ ਚੱਲ ਪਹੁੰਚ ਪਹੁੰਚ ਪੁੱਤਰ ਆਪਣੀ ਜਗ੍ਹਾ ਤੇ ਪਹੁੰਚ ਪਹੁੰਚ ਆ ਤੇਰੀ ਐਡੀ ਹਾਂ ਹਾਂਜੀ ਸਰ ਬਾਰੀ ਬਾਰੀ ਕੱਟਣ ਗਈ ਸੀ ਬਾਰੀ ਬਾਰੀ ਕੱਟਣ ਗਈ ਜਦੋਂ ਮੈਂ ਕੱਟਣ ਗਈ ਨਾ ਸਰ ਉਦੋਂ ਮੈਂ ਸੋਚਿਆ ਜਦੋਂ ਮੈਂ ਕੱਟਣ ਗਈ ਆ ਹੋਰ ਵੀ ਬੰਦੇ ਕੱਟਣ ਗਏ ਹੋਣੇ ਆ ਮੇਰੀ ਓਕੇ ਮੇਰੀ ਓਕੇ ਮੇਰੀ ਓਕੇ ਆ ਰਿਪੋਰਟ ਸੋਹਣਿਆ ਵਾਹ 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 ਮੇਰੀ ਓਕੇ ਰਿਪੋਰਟ ਸੋਹਣਿਆ ਤੂੰ ਕਿਉਂ ਖੁਸ਼ ਹੋਣ ਡਿਆ ਉਹਨੇ ਸੋਹਣਿਆ ਤੈਨੂੰ ਕਿਹਾ ਮੈਡਮ ਜੀ ਓਕੇ ਰਿਪੋਰਟ ਸੋਹਣਿਆ ਉਹ ਮੈਂ ਕਿਹਾ ਤੂੰ ਖੁਸ਼ ਕਿਉਂ ਹੋਣਾ ਉਹਨੇ ਤੈਨੂੰ ਸੋਹਣਿਆ ਕਿਹਾ ਨਹੀਂ ਮੈਂ ਮੈਨੂੰ ਤਾਂ ਨਹੀਂ ਮੈਨੂੰ ਕਿਹਾ ਮੈਡਮ ਜੀ ਤੈਨੂੰ ਮਰ ਜਾਣਾ ਕੋਈ ਭੈੜਿਆ ਨਾ ਕਵੇ ਤੂੰ ਸੋਹਣੇ ਦੀ ਗੱਲ ਸੋਚੀ ਜਾਂਦਾ ਮਰ ਜਾਣਾ ਬਸ ਇਹ ਕਰਾਣੀ ਸੀ ਤੇਰੀ ਹੋਣੀ ਇਹ ਸੀ ਕਰਾਣੀ ਦਾ ਕੀ ਮਤਲਬ ਹੋਇਆ ਤੂੰ ਕਰਾਣੀ ਇਹੀ ਹੁੰਦਾ ਤੇ ਤੇਰੀ ਹਰਕਤਾਂ ਹੀ ਇਹੋ ਜਿਹੀਆਂ ਆਪ ਨਹੀਂ ਤੈਨੂੰ ਪਤਾ ਲੱਗਦਾ ਜੇਲਾਂ ਵਿੱਚ ਫੋਨ ਆਉਣਗੇ ਓਏ ਜੇਲਾਂ 'ਚ ਕਿਹੜਾ ਕਿਹੜੀ ਕਾਲ ਸੈਂਟਰ ਹੈ ਜਾਂ ਕਿਹੜੀ ਉੱਥੇ ਸਰਵਿਸ ਹੈ ਫੋਨ ਦੀ ਲੱਗੀ ਹੋਈ ਜਿੱਥੋਂ ਤੈਨੂੰ ਫੋਨ ਆਣਗੇ ਪਾਲੀ ਸਰ ਮੈਂ ਕਰਿਆ ਕਰੂੰਗੀ ਨਾ ਪਹਿਲੀ ਗੱਲ ਤੇ ਤੈਨੂੰ ਜੇਲਾ 'ਚ ਫੋਨ ਹੀ ਨਹੀਂ ਆ ਸਕਦੇ ਪਾਲੀ ਸਰ ਉੱਥੇ ਪਹਿਲੇ ਪੁੱਛ ਕਿਉਂ ਕਿਉਂ ਕਿਉਂਕਿ ਤੂੰ ਆਪ ਹੀ ਜੇਲ 'ਚ ਹੁੰਦਾ ਜਾਂ ਜੇਲ ਦੇ ਲੱਗ ਹੁੰਦਾ ਫਿਰ ਤੈਨੂੰ ਜੇਲ ਦੇ ਫੋਨ ਕਿੱਥੋਂ ਆਣੇ ਉਲਟਾ ਜੇਲ ਦਾ ਫੋਨ ਤੂੰ ਯੂਜ਼ ਕਰਦਾ ਗੱਲ ਕਰ ਜੀ ਕਰੋ ਗੱਲ ਜੀ ਹਾਂਜੀ ਸਾਰੇ ਹਾਲੇ ਮਹਾਰਾਜ ਠੀਕ ਹੋ ਬਹੁਤ ਵਧੀਆ ਜੀ ਬਹੁਤ ਵਧੀਆ ਚੜਾ ਸਾਹਿਬ ਤੁਸੀਂ ਸੁਣਾਓ ਬਸ ਹੁਣ ਸਾਇਲੈਂਟ ਮੈਂ ਬਸ ਤਾਂ ਕੋਈ ਇੱਕ ਬੰਦਾ ਨਾ ਗਿਆ ਆਪਣਾ ਕਿੱਲੀ ਦੀ ਨਾ ਕੁਰਕਿੱਲੀ ਦੀ ਲਲਾਮੀ ਹੋ ਰਹੀ ਸੀ ਕਿੱਲੀ ਵੀ ਦੋ ਹਜ਼ਾਰ ਬੋਲ ਰਿਹਾ ਸੀ ਕੋਈ ਦੋ ਹਜ਼ਾਰ ਤਿੰਨ ਹਜ਼ਾਰ ਆਪਸ ਲੜ ਰਹੇ ਸਨ
ਦੇਣਾ ਚਾਹੁੰਦਾ ਤੇ ਉਹ ਜੀ ਕੇਸ ਪੁਲਿਸ ਕੋਲ ਪਹੁੰਚ ਗਿਆ। ਪੁਲਿਸ ਕੋਲ ਗਿਆ ਤੇ ਉਹ ਕਹਿਣ ਲੱਗੇ ਕੀ ਗੱਲ ਹੈ, ਕਹਿੰਦੇ ਜੀ ਇਸ ਤਰ੍ਹਾਂ ਦੀ ਆਕਸ਼ਨ ਹੋਈ, ਬੜੀ ਲੜਾਈ ਹੋਈ ਤੇ ਹਰ ਬੰਦਾ ਇੱਕ ਕਿੱਲੀ ਚਾਹੁੰਦਾ। ਪੁਲਿਸ ਵਾਲਾ ਕਹਿੰਦਾ ਇਹ ਕੋਈ ਵੀ ਨਹੀਂ ਰੱਖੇਗਾ, ਇਹਦੀ ਬੋਲੀ ਮੈਂ ਹੋਰ ਦੇ ਕੇ ਮੈਂ ਆਪਣੇ ਕੋਲ ਰੱਖਾਂਗਾ, ਪਹਿਲਾਂ ਟੈਸਟ ਕਰਾਂਗਾ। ਵਾਹ 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 ਵਾਹ, ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਨਾਲ 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 ਹੋ ਗਈਆਂ ਹੈ ਕਿਤੇ। ਚੱਡਾ ਸਾਹਿਬ ਤੁਸੀਂ ਐਕਸਪੀਰੀਅੰਸ ਲੈਂਦੇ ਰਹਿੰਦੇ ਹੋ ਨਾਲ ਨਾਲ। ਉਹ ਬੰਦਾ ਸ਼ਰਾਬੀ ਸੀ, ਦੇਖੋ ਜਿੰਨੀ ਸ਼ਰਾਬੀ ਸੀ ਨਾ, ਤੇ ਉਹ ਮੰਦਰ ਬਾਖਾ ਹੋ ਕੇ ਕਹਿੰਦਾ ਰੱਬਾ ਮੈਨੂੰ 20 ਸਾਲ ਬਚਪਨ ਦਿੱਤਾ ਉਹ ਮੇਰਾ ਤੂੰ ਲੈ ਲਿਆ ਵਾਪਸ, ਹੁਣ 20 ਸਾਲ ਜਵਾਨੀ ਦਿੱਤੀ ਉਹ ਵਾਪਸ ਲੈ ਲਿਆ, ਤੇ ਤੂੰ ਵੋਟੀ ਲੈਣੀ ਤੂੰ ਭੁੱਲ ਗਿਆ, ਇਹ ਤਾਂ ਇੱਧਰ ਰਿਮਾਇੰਡਰ ਦੇਣ ਆਇਆ ਵਾ ਬੇਬੀ ਵੋਟੀ ਵੀ ਬਦਲਣੀ ਚਾਹੀਦੀ 20 ਸਾਲ। ਇਹ ਵੀ ਗੱਲ ਠੀਕ ਹੈ ਵੀ ਕਹਿੰਦੇ ਆ ਲਾਈਫ 'ਚ ਹਰ ਬੰਦੇ ਨੂੰ ਚੇਂਜ ਚਾਹੀਦਾ। ਇੰਗਲੈਂਡ 'ਚ ਇਹਨਾਂ ਦਾ ਕੰਮ ਨਹੀਂ ਨਹੀਂ, ਬਹੁਤ ਅੱਛੀ ਜੀ। ਉਹ ਬਾਅਦ 'ਚ ਕਹਿੰਦੇ ਇਹੀ ਹੁੰਦੇ ਕਿ ਅਸੀਂ ਤੁਹਾਡਾ ਘਰ ਬਚਾਇਆ। ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਜੇ ਵਾਕਈ ਫੇਕ ਹੁੰਦਾ ਤੇ ਉਹਨਾਂ ਨੇ ਇੰਨਾ 2.5 ਲੱਖ ਰੁਪਇਆ ਦਿੱਤਾ ਇਹਨੂੰ, ਗਹਿਣੇ ਬਣਵਾ ਕੇ ਦਿੱਤੇ, 1 ਕਿਲੋ ਸੋਨਾ ਦਿੱਤਾ, ਹਾਲਾਂਕਿ ਇਹ ਸਾਰੀਆਂ ਗੱਲਾਂ ਦਾ ਇਹਨੂੰ ਵੀ ਪਤਾ ਨਹੀਂ ਹੈ ਸੱਚ ਸੋਨਾ ਅਸਲੀ ਹੈ ਕਿ ਨਕਲੀ। ਲਓ ਜੀ, ਉਹ ਤੂੰ ਪਤਾ ਕਰਾਇਆ? ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਸ਼ੋਅ ਦੇ ਵਿੱਚ ਇਦਾਂ ਕਰਦੇ ਰਹਿੰਦੇ ਆ, ਮੰਮੀ ਜੀ ਸੁਣਦੇ ਹੋਣੇ ਆ, ਜਦੋਂ ਤੁਸੀਂ ਵਿਆਹ ਦੇ ਵਿੱਚ ਕੁਝ ਖਾਣ ਲੱਗੇ ਹੋ ਤਾਂ ਤੁਸੀਂ ਦੇਖਿਓ ਦੇਖ ਦੇਖ ਕੇ ਕਿੱਦਾਂ ਸ਼ਰਮਿੰਦਾ ਹੋਣਾ ਫਿਰ। ਹਾਂ, ਫਿਰ ਇਹਨੇ ਕੱਲ ਨੂੰ ਸੱਚੀ ਵਿਆਹ ਹੋ ਗਣਾ, ਇਹਨੇ ਤੁਹਾਨੂੰ ਸਰ ਬੁਲਾਣਾ ਵੀ ਨਹੀਂ ਉੱਥੇ। ਹਾਂਜੀ, ਹੋਰ ਕਿਤੇ ਚਾਸ਼ਨੀ ਨਾਲ ਚੌਲ ਖਾਣੇ ਪੈਣੇ ਤੁਹਾਨੂੰ। ਜਾਗਾ ਦੇ ਵਿਆਹ ਤੇ? ਹਾਂਜੀ, ਮੈਂ ਵਿਆਹ ਤੇ ਜ਼ਰੂਰ ਪਹੁੰਚਾਗਾ, ਸੇਵਾ ਕਰਾਂਗੇ ਵਿਆਹ ਦੀ। ਵਾਹ ਜੀ ਵਾਹ, ਤੁਸੀਂ ਕੀ ਮਤਲਬ ਉਹ ਵੀਡੀਓ ਕੈਮਰੇ ਦੀ ਤਾਰ ਫੜ ਕੇ ਨਿਕਲਣਾ ਉਧਰੋਂ, ਕਿੱਧਰ ਨੂੰ ਜਾਣਾ ਤੁਸੀਂ? ਮਤਲਬ ਤੁਸੀਂ ਉੱਥੇ ਬਹਿ ਕੇ ਰੋਟੀ ਖਾਣੀ ਹੈ, ਐਜ਼ ਅ ਗੈਸਟ ਜਾਣਾ ਹੈ? ਹਾਂਜੀ, ਅਸੀਂ ਕਿਹੜਾ ਮੇਲਾ ਕਰਾਉਣ ਲੱਗੇ ਜਿਹੜਾ ਸੇਵਾ ਨਹੀਂ ਕਰਦਾ, ਉਹ ਕਰਦੇ ਨੇ ਹਮੇਸ਼ਾ। ਜਿਹੜੇ ਹਾਂਜੀ ਜਿਹੜੇ ਪੰਡਾਲ 'ਚ ਇਹਦਾ ਸੈੱਟ ਲੱਗੇਗਾ ਨਾ, ਉਹ 'ਚ ਜੈਟ ਲੈ ਕੇ ਵੜ ਜਿਓ। ਚੰਗਾ ਜੀ, ਚਲੋ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ ਚੱਡਾ ਸਾਹਿਬ ਤੁਹਾਡਾ। ਲੈ ਵੀ ਚੱਡਾ ਸਾਹਿਬ ਰੌਣਕ ਲਾ ਦਿੰਦੇ ਜਦੋਂ ਵੀ ਫੋਨ ਕਰਦੇ। ਹਾਂਜੀ ਸਰ, ਤੇ ਹੈ ਕਈ ਰੌਣਕ ਲਾ ਦਿੰਦੇ, ਕਈ ਰੌਣਕ ਮੇਲਾ ਲਾ ਦਿੰਦੇ ਆ। ਬਸ ਕੀ ਕਹਿ ਸਕਦੇ ਆ, ਰਹਿਣ ਦੇ ਛੇੜ ਮੈਂ ਦਰਦਾਂ ਨੂੰ, ਹਾਲਾਂਕਿ ਸ਼ੱਕ ਸੀਗਾ ਮੈਨੂੰ ਥੋੜਾ ਜਿਹਾ। ਹਾਂਜੀ ਸਰ, ਪਰ ਨਹੀਂ ਮੌਕੇ ਤੇ। ਚਲੋ ਸਰ, ਵੈਸੇ ਮੈਂ ਕਈ ਵਾਰੀ ਦੇਖਦੀ ਹੁੰਦੀ ਫੋਟੋ, ਮਤਲਬ ਜੱਡਾ ਸਾਹਿਬ ਪਾਉਂਦੇ ਹੁੰਦੇ ਜੈਟ ਦੇ ਵਿੱਚ ਇਕੱਲੇ ਬਹਿ ਕੇ ਰੋਟੀ ਖਾਂਦੇ ਹੁੰਦੇ ਕਈ ਵਾਰੀ। ਹਾਂ ਹਾਂਜੀ ਹਾਂਜੀ। ਅੱਛਾ, ਇਕੱਲੇ ਬਹਿ ਕੇ ਖਾਂਦੇ? ਹਾਂਜੀ ਹਾਂਜੀ ਸਰ। ਲੈ ਬੰਦਾ ਘੱਟੋ ਘੱਟ ਏਅਰ ਹੋਸਟੇਸ ਨੂੰ ਸਲਾਦ ਪੁੱਛ ਲੈਂਦਾ। ਹਾਂਜੀ ਹਾਂਜੀ ਸਰ, ਦੱਸੋ। ਇੰਨਾ ਕੁ ਤਾਂ ਕਰਨਾ ਚਾਹੀਦਾ। ਚਲੋ ਕੋਈ ਗੱਲ ਨਹੀਂ, ਆਪਣਾ ਜੈਟ ਹੋਵੇ ਬੰਦਾ ਦਰੀ ਪਾ ਕੇ ਵੀ ਖਾ ਸਕਦਾ ਅੰਦਰ, ਕੋਈ ਐਸੀ ਗੱਲ ਨਹੀਂ। ਕਿੰਨੇ ਕਦਾ ਆਉਂਦਾ ਜੀ ਕੀ ਜੈਟ ਜੀ? ਤੂੰ ਲੈ ਸਕਦਾ? ਜੈਟ ਵਾਸਤੇ, ਔਰ ਜੇ ਤੂੰ ਆਮ ਜੈਟ ਲੈਣਾ ਉਹ ਦੂਸਰਾ ਜਿਹੜਾ ਘਰਾਂ ਚ ਲੱਗਾ ਹੁੰਦਾ, ਉਹ ਤੈਨੂੰ ਮੈਂ ਸੈਕਿੰਡ ਹੈਂਡ ਹੀ ਦਵਾ ਦਿਆਂਗਾ। ਹਾਂ ਸਰ, ਇਹਨੇ ਉਹਦੇ ਤੇ ਬਹਿ ਜਾ ਕਰਨਾ ਜਿਹੜਾ ਫੁੱਲ ਸੁੱਟਣ ਵਾਲਾ ਹੁੰਦਾ ਆ। ਕਿਹੜਾ? ਨਾਲੇ ਫੁੱਲ ਸੁੱਟਦਾ ਕਰੂੰਗਾ ਜਿਹੜਾ ਵਿਆਹਾਂ 'ਚ ਫੁੱਲ ਨਹੀਂ ਸੁੱਟਦਾ ਸਰ। ਹਾਂ, ਅੱਛਾ ਅੱਛਾ, ਉਹ ਵਾਲਾ। ਹਾਂਜੀ ਸਰ। ਹਾਂ ਹਾਂਜੀ ਸਰ, ਤੂੰ ਕਹਿ ਰਹੀ ਸੀ ਕੁਛ? ਅੱਛਾ, ਤੂੰ ਉੱਥੇ ਜਦੋਂ ਗਈ ਹੈ ਯੂਕੇ ਸਰ, ਯੂਕੇ ਦੇ ਵਿੱਚ ਆਪਣੀ ਸੱਸ ਕੋਲ ਗਈ ਹੈ ਤੇ ਆਪਣੇ ਹਸਬੰਡ ਨੂੰ ਮਿਲੀ ਫਿਰ ਤੂੰ? ਹਾਂਜੀ ਸਰ, ਉਹ ਹਸਬੰਡ ਨਹੀਂ ਸੀਗੇ ਹਜੇ, ਮਤਲਬ ਹੋਣ ਵਾਲੇ ਹਸਬੰਡ ਤੇਰਾ ਫਿਓਂਸੇ? ਹਾਂਜੀ ਸਰ, ਫੋਨ ਸੇ ਮਿਲੀ ਸੀ ਮੈਂ। ਫੋਨ ਸੇ ਇਹ ਫੋਨ ਸੇ ਕੀ ਤੇਰੇ ਗੋਡੇ ਤੇ ਹੋਇਆ? ਫੋਨ ਸੇ ਫਿਓਂਸੇ ਹੁੰਦਾ ਇੰਨਾ ਚੰਗਾ? ਉਹਨਾਂ ਨੂੰ ਮਿਲੀ ਸੀ ਮੈਂ ਸਰ ਫੋਨ ਸੇ ਨੂੰ। ਫਿਰ ਕਿਤੇ ਤੁਸੀਂ ਗਏ ਨਹੀਂ ਬਾਹਰ ਰੋਟੀ ਰੋਟੀ ਖਾਣ? ਗਏ ਸੀ ਸਰ। ਫਿਰ ਸਰ ਮੈਂ ਉਹਨਾਂ ਨੂੰ ਬੁਲਾਇਆ ਤੇ ਕਹਿੰਦੇ ਬਾਹਰ ਦਫਾ ਹੋ ਜਾ ਤੂੰ। ਉਹਨਾਂ ਨੇ ਕਿਹਾ? ਹਾਂਜੀ ਸਰ। ਉਹ ਤੇ ਚਲੋ ਪੁੱਤਰ ਰਿਸਪੈਕਟ, ਐਕਚੁਅਲ ਤੇਰਾ ਮੂੰਹ ਦੇਖ ਕੇ ਜਗਦਮਣਾ ਦਿਮਾਗ 'ਚ ਗੱਲ ਹੀ ਇਹ ਨਹੀਂ ਉਹ ਕਹਿ ਤੂੰ। ਹੋਰ ਕੀ ਕੀਤਾ ਫਿਰ? ਫਿਰ ਕਹਿੰਦੇ ਕਿਹੜੇ ਰੈਸਟੋਰੈਂਟ 'ਚ ਕਿਹੜੇ ਲੈ ਗਏ ਸੀ ਤੈਨੂੰ? ਮਤਲਬ ਬਈ ਯੂਕੇ ਦੇ ਵਿੱਚ ਅਸੀਂ ਤਾਂ ਕਦੀ ਗਏ ਨਹੀਂ, ਤੂੰ ਤਾਂ ਘੁੰਮ ਕੇ ਆਈ ਆ, ਯੂਕੇ ਦੇ ਵਿੱਚ ਕਿਹੜਾ ਮਤਲਬ ਅੱਛਾ ਰੈਸਟੋਰੈਂਟ ਕਿਹੜਾ ਸੀ? ਸ਼ਿਰ ਚੋਰੀਓ ਨਾਮਾ। ਹੈ? ਸ਼ਿਰ ਚੋਰੀਓ ਨਾਮਾ। ਸ਼ਿਰ ਚੋਰੀਓ, ਹਾਂ ਉਹਦੇ ਬਾਰੇ ਤਾਂ ਮੈਂ ਪੜ੍ਹਿਆ ਗੂਗਲ ਤੇ ਬੜੇ ਵਾਰੀ। ਸ਼ਿਰ ਚੋਰੀਓ ਕਹਿੰਦੇ ਉੱਥੇ ਇੰਡੀਅਨ ਫੂਡ ਬੜਾ ਅੱਛਾ ਮਿਲਦਾ। ਹਾਂਜੀ ਸਰ। ਵਾਹ ਵਾਹ, ਕੀ ਖਾਦਾ ਫਿਰ ਤੂੰ? ਛੋਲੇ ਭਟੂਰੇ। ਤੇ ਛੋਲੇ ਭਟੂਰੇ ਖਾਣੇ ਤੇ ਉੱਥੇ ਮਰਨ ਗਈ, ਇੱਥੇ ਨਹੀਂ ਖਾ ਸਕਦੀ? ਬੰਦਾ ਯੂਕੇ ਗਿਆ ਕੋਈ ਚੰਗੀ ਚੀਜ਼ ਖਾਵੇ, ਕੋਈ ਪਲੈਟਿਕਸ ਔਨ ਰਾਈਸ ਖਾਵੇ, ਕੋਈ
ਕਲੈਕਟਿਮਸ ਵਿਦ ਚਾਈਨੀਸ ਸ਼ੈਜ਼ਵਾਨ ਕੈਸਟਨਵਿਸ ਸੌਸ ਉਹ ਵਾਲੀ ਆਈਟਮ ਖਾ ਸਰ ਮੈਂ ਵੀ ਇਹੀ ਖਾਦਾ ਸੀ ਉੱਥੇ ਦਾ ਨਾਮ ਇਦਾਂ ਦਾ ਸੀਗਾ ਛੋਲੇ ਸਕ੍ਰਮ ਪੁੱਟਰ ਕ੍ਰਮ ਲੋ ਛੋਲੇ ਪੁੱਟਰ ਕ੍ਰਮ ਸਕ੍ਰਮ